ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਮਾਂ ਦੁਰਗਾ ਨੌਜਵਾਨ ਸਭਾ ਜਗਰਾਤਾ ਕਮੇਟੀ ਬੋਪਾ ਰਾਏ ਵੱਲੋਂ NRI ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਵਿਸ਼ਾਲ ਜਾਗਰਣ 3 ਅਗਸਤ 2019 ਦਿਨ ਸ਼ਨੀਵਾਰ ਨੂੰ ਬੋਪਾ ਰਾਏ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਦੌਰਾਨ ਮਹਾਮਾਈ ਜੀ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ, ਜਿਸ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਜਾਗਰਣ ਵਾਲੇ ਸਥਾਨ ਤੇ ਸੁਸ਼ੋਭਿਤ ਕੀਤਾ ਜਾਵੇਗਾ। ਜਾਗਰਣ ਦੌਰਾਨ ਪੰਜਾਬ ਪ੍ਰਸਿੱਧ ਗਾਇਕ ਦਿਲਜਾਨ, ਦਵਿੰਦਰ ਦਿਆਲਪੁਰੀ, ਪ੍ਰੀਤ ਬੋਪਾ ਰਾਏ, ਸੁਰਾਜ ਖਾਨ ਅਤੇ ਪੰਡਿਤ ਰਾਜਿੰਦਰ ਸ਼ਰਮਾ ਵੱਲੋਂ ਮਹਾਮਾਈ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਸਾਈਂ ਫਕਰ ਸ਼ਾਹ ਜੀ ਦਾਦੂਵਾਲ ਵਾਲੇ, ਨਿੰਮੋ ਸਰਕਾਰ ਜੀ ਫਲੌਰ ਵਾਲੇ, ਬਾਬਾ ਓਮਨਾਥ ਜੀ ਬੋਪਾ ਰਾਏ ਵਾਲਿਆਂ ਤੋਂ ਇਲਾਵਾ ਹੋਰ ਮਹਾਂਪੁਰਸ਼ ਵੀ ਜਾਗਰਣ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚਣਗੇ। ਉਹਨਾਂ ਨੇ ਸਮੂਹਾਂ ਇਲਾਕਾ ਨਿਵਾਸੀਆਂ ਨੂੰ ਜਾਗਰਣ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਦੀਪਾ ਬੋਪਾ ਰਾਏ, ਪਰਮਜੀਤ ਸਿੰਘ ਪੰਮਾ, ਜਸਕਾਂਤ ਸਿੰਘ, ਪ੍ਰੀਤ ਬੋਪਾ ਰਾਏ, ਦਵਿੰਦਰ ਸਿੰਘ, ਹਨੀ, ਨੀਰਜ ਨੰਦੂ, ਸੁਰਿੰਦਰ ਕੁਮਾਰ, ਜੀਤਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਜੈ ਮਾਤਾ ਜੀ ਸਾਰਿਆਂ ਨੂੰ। ਮਾਂ ਦੁਰਗਾ ਨੌਜਵਾਨ ਸਭਾ ਜਗਰਾਤਾ ਕਮੇਟੀ ਪਿੰਡ ਬੋਪਾ ਰਾਏ ਵਿੱਚ ਤੀਜਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਸਮੂਹ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮੋਂ ਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ। ਜਗ ਮਹਾਮਾਈ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ। ਸਹਿਜ ਨਿਊਜ਼ ਭਗਤੀ ਨੂਰ ਚੈਨਲ 'ਤੇ ਲਾਈਵ ਟੈਲੀਕਾਸਟ ਸਿਖਾਇਆ ਜਾ ਰਿਹਾ ਹੈ। ਨੌਜਵਾਨ ਸਭਾ ਵੱਲੋਂ ਤੀਸਰਾ ਜਾਗਰਣ ਬੋਪਾ ਰਾਏ ਪਿੰਡ ਵਿੱਚ ਕਰਵਾਇਆ ਜਾ ਰਿਹਾ ਆ। ਸਾਰੇ ਭੈਣ ਭਰਾਵਾਂ ਨੂੰ ਅੱਗੇ ਬੇਨਤੀ ਹੈ ਕਿ ਹਮੋਂ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ। ਇਹਨਾਂ ਵਿੱਚ ਮਹਾਂਪੁਰਸ਼ ਪਹੁੰਚ ਰਹੇ ਆ, ਜਿਹੜਾ ਕਿ ਪ੍ਰੋਗਰਾਮ ਸਹਿਜ ਨਿਊਜ਼ ਅਤੇ ਭਗਤੀ ਨਿਊਜ਼ ਚੈਨਲ 'ਤੇ ਲਾਈਵ ਕਾਸਟ ਪ੍ਰੋਗਰਾਮ ਚੱਲੇਗਾ। ਸਾਰੇ ਭੈਣ ਭਰਾਵਾਂ ਨੂੰ ਅੱਗੇ ਬੇਨਤੀ ਹੈ ਕਿ ਜੋਤ ਜਵਾਲਾ ਜੀ ਤੋਂ ਲਿਆਂਦੀ ਜਾਵੇ ਕਿ ਹਮੋਂ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ।